1984 ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਲਈ ਕੇਂਦਰ ਸਰਕਾਰ ਨੇ FCRA ਲਈ ਹਰੀ ਝੰਡੀ ਦੇ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਹੁਣ ਵਿਦੇਸ਼ਾਂ ਵਿੱਚ ਵਸੀ ਸੰਗਤ ਵੱਲੋਂ ਦਾਨ ਪੈਸਾ ਆਉਣ ਦਾ ਰਾਹ ਪੱਧਰਾ ਹੋ ਗਿਆ ਹੈ ਕੇਂਦਰ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਅਗਲੇ 5 ਸਾਲ ਲਈ FCRA ਲਾਇਸੈਂਸ ਜਾਨੀ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਦੇ ਤਹਿਤ ਇਹ ਰਾਹਤ ਦਿੱਤੀ ਹੈ ਹਾਲਾਂਕਿ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਤੇ ਮੁਕੰਮਲ ਰੋਕ ਲਾ ਦਿੱਤੀ ਸੀ ਇਸ ਲਈ ਸਮੇਂ-ਸਮੇਂ ਤੇ ਮੰਗ ਕੀਤੀ ਗਈ ਪਰ ਹਰ ਵਾਰ ਇਹ ਮੰਗ ਕੇਂਦਰ ਸਰਕਾਰ ਵੱਲੋਂ ਨਕਾਰ ਦਿੱਤੀ ਗਈ ਪਹਿਲੀ ਵਾਰ SGPC ਦੇ ਸਾਬਕਾ ਮੁਖੀ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਮਸਲਾ ਚੁੱਕਿਆ ਸੀ ਜਿਸ ਤੋਂ ਬਾਅਦ ਹੁਣ ਮੌਜੂਦਾ SGPC ਵੱਲੋਂ ਇਹ ਮੰਗ ਕੀਤੀ ਗਈ ਜਿਸ ਤੇ ਗ੍ਰਹਿ ਮੰਤਰਾਲੇ ਦੀ ਮੋਹਰ ਹੁਣ ਲੱਗ ਚੁੱਕੀ ਹੈ ਇੱਕ SGPC ਮੁਲਾਜ਼ਮ ਮੁਤਾਬਕ ਮੌਜੂਦਾ SGPC ਮੁਖੀ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਕੋਲ ਇਹ ਮਸਲਾ ਚੁੱਕਿਆ ਗਿਆ ਇਹ ਚਰੋਕਣੀ ਮੰਗ ਸੀ ਤੇ ਸ੍ਰੀ ਦਰਬਾਰ ਸਾਹਿਬ ਲਈ ਵਿਦੇਸ਼ਾਂ ਤੋਂ ਫੰਡਿੰਗ ਰੋਕੇ ਜਾਣ ਦਾ ਕੋਈ ਤੁੱਕ ਵੀ ਨਹੀਂ ਸੀ ਜਿੱਥੇ ਖਲਕਤ ਦੀ ਭਲਾਈ ਲਈ ਵੱਡੇ ਪੱਧਰ ਉੱਪਰ ਲੰਗਰ ਸਮੇਤ ਦਾਨ ਪੁੰਨ ਦਾ ਕੰਮ ਚੱਲਦਾ ਹੈ ਉਸਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਿਰ ਵੀ ਇਸ ਕੰਮ ਦੇ ਮੁਕੰਮਲ ਹੋਣ ਦਾ ਗੁੱਡਾ ਬੰਨਿਆ ਹੈ ਹਾਲਾਂਕਿ SGPC ਮੁਖੀ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ 1984 ਤੋਂ ਬਾਅਦ ਔਰ ਜਿਹੜਾ ਵਿਦੇਸ਼ਾਂ ਤੋਂ ਸਿੱਖ ਸੰਗਤਾਂ ਗੁਰੂ ਕੇ ਲੰਗਰ ਲਈ ਦਰਬਾਰ ਸਾਹਿਬ ਦੇ ਲਈ ਇਹ ਮਾਇਆ ਭੇਟਾਂ ਕਰਨੀਆਂ ਚਾਹੁੰਦੀਆਂ ਸਨ ਔਰ ਉਹਦੇ ਉੱਤੇ ਪਾਬੰਦੀ ਲੱਗ ਗਈ ਸੀ ਲੇਕਿਨ ਬੜੀ ਖੁਸ਼ੀ ਦੀ ਗੱਲ ਹੈ ਕਿ ਭਾਰਤ ਸਰਕਾਰ ਦਾ FCRA ਐਕਟ 2010 ਤਹਿਤ ਦਰਬਾਰ ਸਾਹਿਬ ਲਈ ਰਜਿਸਟ੍ਰੇਸ਼ਨ ਪ੍ਰਾਪਤ ਹੋਈ ਹੈ ਕਿਉਂਕਿ ਹੁਣ ਬਾਹਰਲੇ ਦੇਸ਼ਾਂ ਦੀਆਂ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਦੇ ਲਈ ਅਤੇ ਹੋਰ ਕਾਰਜਾਂ ਦੇ ਲਈ ਜਿਹੜੀਆਂ ਹੁਣ ਮਾਇਆ ਭੇਜ ਸਕਣਗੀਆਂ ਇਸ ਦਾ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਔਰ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਯਤਨ ਸਦਕਾ ਸਾਨੂੰ ਇਹ ਜਿਹੜਾ FCRA ਐਕਟ ਦੇ ਤਹਿਤ ਬਾਹਰਲੀਆਂ ਸੰਗਤਾਂ ਦਾ ਮਾਇਆ ਭੇਜਣ ਦਾ ਔਰ ਇਹ ਪ੍ਰਾਪਤ ਹੋਇਆਗਾ ਕਿ ਹੁਣ ਸਾਰੀਆਂ ਸੰਗਤਾਂ ਜੋ ਵਿਦੇਸ਼ਾਂ ਵਿੱਚ ਬੈਠੀਆਂ ਨੇ ਉਹਨਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਜਿਹੜੀਆਂ ਸੰਗਤਾਂ ਲੰਗਰਾਂ ਦੇ ਲਈ ਜਾਂ ਹੋਰ ਕਾਰਜਾਂ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਮਾਇਆ ਭੇਜਣੀ ਚਾਹੁੰਦੀਆਂ ਹਨ ਉਹ ਹੁਣ ਭੇਜ ਸਕਦੀਆਂ ਨੇ ਕਿਉਂਕਿ ਸਾਡੀ ਵੈਬਸਾਈਟ ਦੇ ਇਹ ਖਾਤਾ ਜਿਹੜਾ ਹੈ ਇਹ ਉਪਲਬਧ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲਾਇਸੈਂਸ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ FCRA ਲਾਇਸੈਂਸ ਲੈਣ ਦੇ ਲਈ 27 ਮਈ 2020 ਨੂੰ ਅਪਲਾਈ ਕੀਤਾ ਗਿਆ ਸੀ ਕੀ ਹੈ FCRA ਲਾਇਸੈਂਸ ਤੇ ਇਸ ਨਾਲ ਕੀ ਪਵੇਗਾ ਫਰਕ ਉਹ ਸਭ ਜਾਣਨ ਤੋਂ ਪਹਿਲਾਂ ਇਹ ਜ਼ਿਕਰ ਕਰ ਦਈਏ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ 24 ਘੰਟੇ ਲੰਗਰ ਚੱਲਦਾ ਹੈ ਅਤੇ ਕਈ ਲੋੜਵੰਦਾਂ ਨੂੰ ਮਦਦ ਵੀ ਦਿੱਤੀ ਜਾਂਦੀ ਹੈ ਹੁਣ ਤੱਕ ਇਹ ਘਰੇਲੂ ਦਾਨ ਰਾਹੀਂ ਹੀ ਸਭ ਚੱਲਦਾ ਸੀ ਪਰ ਹੁਣ FCRA ਲਾਇਸੈਂਸ ਮਿਲਣ ਤੋਂ ਬਾਅਦ ਇਹਨਾਂ ਕਾਰਜਾਂ ਲਈ ਵਿਦੇਸ਼ਾਂ ਤੋਂ ਦਾਨ ਵੀ ਪ੍ਰਾਪਤ ਕੀਤਾ ਜਾ ਸਕੇਗਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਤੋਂ ਸਾਨੂੰ ਸ਼ਕਤੀ ਮਿਲਦੀ ਹੈ ਦਹਾਕਿਆਂ ਤੋਂ ਦੁਨੀਆ ਭਰ ਵਿੱਚ ਵਸੀ ਸੰਗਤ ਉੱਥੇ ਬੈਠੇ ਬਿਠਾਏ ਗੁਰਦੁਆਰਾ ਸਾਹਿਬ ਵਿੱਚ ਜਾਰੀ ਸੇਵਾ 'ਚ ਆਪਣਾ ਯੋਗਦਾਨ ਪਾਉਣ ਵਿੱਚ ਅਸਮਰਾਸੀ ਪਰ ਮੋਦੀ ਸਰਕਾਰ ਵੱਲੋਂ FCRA ਨੂੰ ਮਨਜ਼ੂਰੀ ਦੇਣ ਤੋਂ ਬਾਅਦ ਪੂਰੇ ਵਿਸ਼ਵ ਅਤੇ ਸ੍ਰੀ ਦਰਬਾਰ ਸਾਹਿਬ ਵਿੱਚ ਸੇਵਾ ਦਾ ਜੁੜਾਵ ਹੋਰ ਗਹਿਰਾ ਹੋਵੇਗਾ ਅਮਿਤ ਸ਼ਾਹ ਨੇ ਬਾਣੀ ਦੇ ਵਾਕ ਸੇਵਕ ਕੋ ਸੇਵਾ ਬਣ ਆਈ ਲਿਖ ਆਪਣੇ ਟਵੀਟ ਵਿੱਚ ਜ਼ਿਕਰ ਕੀਤਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ FCRA ਤੇ ਫੈਸਲਾ ਬਹੁਤ ਨਿਰਣਾਇਕ ਹੈ ਜੋ ਇੱਕ ਵਾਰ ਫਿਰ ਸਾਡੀਆਂ ਸਿੱਖ ਭੈਣਾਂ ਤੇ ਭਰਾਵਾਂ ਦੀ ਸੇਵਾ ਦੀ ਮਹਾਨ ਭਾਵਨਾ ਨੂੰ ਪ੍ਰਦਰਸ਼ਿਤ ਕਰੇਗਾ FCRA ਅਸਲ 'ਚ ਹੈ ਕੀ ਤੇ ਇਸ ਨਾਲ ਕੀ ਫਰਕ ਪਵੇਗਾ ਦੇਸ਼ ਨੂੰ ਕੋਖੀਏ ਤਾਂ ਇਹ ਇੱਕ ਅਜਿਹਾ ਕਾਨੂੰਨ ਹੈ ਜੋ ਭਾਰਤ ਵਿੱਚ ਗੈਰ ਸਰਕਾਰੀ ਸੰਗਠਨ NGO ਸਮੇਤ ਹੋਰ ਵਿਦੇਸ਼ਾਂ ਤੋਂ ਲੋਕਾਂ ਤੇ ਜਥੇਬੰਦੀਆਂ ਵੱਲੋਂ ਪ੍ਰਦਾਨ ਕੀਤੀ ਗਈ ਵਿਦੇਸ਼ੀ ਸਹਾਇਤਾ ਨੂੰ ਸਹੀ ਤਰੀਕੇ ਨਾਲ ਪਹੁੰਚਣ ਲਈ ਲਾਜ਼ਮੀ ਹੈ FCRA ਕਾਨੂੰਨ 1976 ਵਿੱਚ ਬਣਿਆ ਸੀ FCRA ਦੀ ਕਿਸੇ ਵੀ ਸ਼ਰਤ ਦਾ ਉਲੰਘਣਾ ਕਰਨ ਤੇ 5 ਸਾਲ ਦੀ ਜੇਲ੍ਹ ਜਾਂ ਜੁਰਮਾਨਾ ਹੋ ਸਕਦਾ ਹੈ ਇਸ ਕਾਨੂੰਨ ਨੂੰ ਸਾਲ 2010 ਵਿੱਚ ਵੱਡੇ ਪੱਧਰ ਤੇ ਬਦਲਿਆ ਗਿਆ ਸੀ ਖੈਰ SGPC ਲਈ ਵਿਦੇਸ਼ ਤੋਂ ਫੰਡਿੰਗ ਦਾ ਰਾਹ ਖੁੱਲਣ ਦੇ ਨਾਲ ਹੀ ਇੱਕ ਵੱਡੀ ਰਾਹਤ ਹੈ ਕਿਉਂਕਿ ਕੋਵਿਡ ਮਹਾਮਾਰੀ ਦੌਰਾਨ SGPC ਦੇ ਖਜ਼ਾਨੇ ਨੂੰ ਵੱਡੀ ਸੱਟ ਵੱਜੀ ਹੈ ਸ੍ਰੀ ਦਰਬਾਰ ਸਾਹਿਬ ਵਿੱਚ ਚੱਲਦੇ ਲੰਗਰ ਸਮੇਤ ਹੋਰ ਕਾਰਜਾਂ ਲਈ ਹਰ ਸਾਲ 40 ਕਰੋੜ ਤੋਂ ਵੱਧ ਖਰਚ ਹੁੰਦੇ ਹਨ ਸੋ ਹੁਣ ਵਿਦੇਸ਼ਾਂ ਤੋਂ ਫੰਡਿੰਗ ਰਾਹੀਂ ਰਾਹ ਪੱਧਰਾ ਹੋਣ ਨਾਲ ਇਸ ਲਈ ਹੁਣ ਵੱਧ ਦਾਨ ਦਾ ਪੈਸਾ ਆਵੇਗਾ।
ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਜੀਤ ਸਿੰਘ ਹੈ ਐਂਡ ਵੀ ਆਰ ਲੋਕੇਟਡ ਇਨ ਖਾਨ ਮਾਰਕੀਟ ਦਿੱਲੀ। ਵੀ ਆਰ ਅ ਹਾਈ ਐਂਡ ਇਲੈਕਟ੍ਰੋਨਿਕ ਗੈਜਟ ਸਟੋਰ ਵਿਦ ਆਈ ਟੀ ਐਂਡ ਸਰਵੇਲੈਂਸ। ਵੀ ਹੈਵ ਅ ਟੀਮ ਆਫ 35 ਡੈਡੀਕੇਟਡ ਪੀਪਲ ਐਂਡ ਵੀ ਆਰ ਆਥੋਰਾਈਜ਼ ਫਾਰ ਮੋਰ ਦੈਨ 60 ਇੰਟਰਨੈਸ਼ਨਲ ਬ੍ਰਾਂਡਸ ਵਿਚ ਇੰਕਲੂਡਸ ਨੈਸਪ੍ਰੈਸੋ, ਡਾਈਸਨ, ਡਿਵਿਆਲੇ, ਬੋਸ, ਐਪਲ, ਬਲੂ ਏਅਰ, ਹਨੀਵੈਲ, ਟੂ ਨੇਮ ਫਿਊ ਆਫ ਆਰ ਕਸਟਮਰਸ, ਬਿਗ ਕਾਰਪੋਰੇਟ ਹਾਊਸਿਸ, ਬਿਜ਼ਨਸ ਪੀਪਲ, ਇੰਡਸਟਰੀਲਿਸਟ, ਪੋਲੀਟੀਸ਼ੀਅਨਸ, ਦੇ ਆਰ ਆਲ ਓਵਰ ਕਸਟਮਰਸ। ਸਾਡੇ ਕੋਲ 5,000 ਤੋਂ ਜ਼ਿਆਦਾ ਸੈਟਿਸਫਾਈਡ ਕਸਟਮਰਸ ਹੈਗੇ ਨੇ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਮੈਂ ਔਰ ਮੇਰੀ ਟੀਮ ਇਹਨਾਂ ਸਾਰਿਆਂ ਨੂੰ ਬਹੁਤ ਹੀ ਵਧੀਆ ਇੰਡੀਆ ਦੇ ਅੰਦਰ ਬੈਸਟ ਟੂ ਬੈਸਟ ਪ੍ਰੋਡਕਟਸ ਔਰ ਬੈਸਟ ਟੂ ਬੈਸਟ ਸਰਵਿਸਿਸ ਪ੍ਰੋਵਾਈਡ ਕਰ ਸਕੀਏ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।